जिस दिन दे भी मानसाहब आए ने जो उन्हें गरंटियां कीतियां सी सारियां पूरियां कर रहे ने। कई गल्लां दे विच जिहड़ी पिछलियां सरकारां दे इन्ने कंडे बीजे पए सी उन्हां नूं चुगण नूं टाइम तां लगना सी। सरकार नूं साडे परिवार वल्लों बहुत बहुत धन्नवाद। एक तो कच्चे मुलाजमान का सुनिया उन्होंने इन्ने इनिया सरकार वेखिया वा कदे नहीं इस तरह वेख्या कि इन्नी छेती कितने काम बनाया होए किसी ने। पंजाब के 12,500 कच्चे अध्यापकों को पक्का करन दा कल मान सरकार ने नियुक्ति पत्र दिता है, क्योंकि उन्होंने तकरीबन सत्ता विच आने तो पहला साढ़े मोहाली धरने में केजरीवाल जी तो उन्होंने समूह लीडरशिप साढ़े धरने च वादा करके गए सी। लड़के नूं नियुक्ति पत्र मिलिया पक्का होया ते हुण उसकी रोटी का आसरा बन गया वा। उम्मीद हैगी भी सी चलो परमात्मा एक दिन तो करूगा ही, परमात्मा ते आस सी परमात्मा एक दिन करूगा साडी फरियाद सुनूगा, वो परमात्मा ने फरियाद सुन ली। सरकारी खजाने चो जिहड़ा मुलाजम तनखाह लैंदा आ ਉਹ ਆਪਣਾ ਬੱਚਾ ਜਿਹੜਾ ਸਰਕਾਰੀ ਸਕੂਲ 'ਚ ਪੜ੍ਹਾਵੇਗਾ। ਜੇਕਰ ਉਹ ਮੁਲਾਜ਼ਮ ਜਿਹੜਾ ਆ ਸਰਕਾਰ ਦੀ ਹੁਕਮਾਂ ਦੀ ਧੱਜੀਆਂ ਉਡਾਉਂਦਾ ਆ, ਉਸ ਅਧਿਆਪਕ ਜਿਹੜਾ ਮੁਲਾਜ਼ਮ ਨੂੰ ਡਿਸਮਿਸ ਕਰ ਦਿੱਤਾ ਜਾਵੇ, ਸਾਨੂੰ ਇਸ ਗੱਲ ਦਾ ਕੋਈ ਸ਼ਿਕਵਾ ਨਹੀਂ ਰਹੂਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 12,000 ਤੋਂ ਉੱਪਰ ਅਧਿਆਪਕਾਂ ਨੂੰ ਪੱਕੇ ਕੀਤਾ, ਜਿਸ ਵਿੱਚ ਕਪੂਰਥਲਾ ਜ਼ਿਲ੍ਹੇ ਦੇ 346 ਅਧਿਆਪਕ ਪੱਕੇ ਕੀਤੇ ਨੇ। ਕਪੂਰਥਲਾ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਅਧਿਆਪਕ ਵੀ ਹੈ ਜਿਸ ਦਾ ਨਾਮ ਹੈ ਨਿਸ਼ਾਂਤ ਕੁਮਾਰ, ਜਿਸ ਨੇ ਬੜੇ ਕਸ਼ਟ ਝੱਲੇ, ਟਾਵਰਾਂ ਉੱਪਰ ਚੜ੍ਹੇ, ਡੰਡੇ ਵੀ ਖਾਧੇ ਅਤੇ ਗੰਡੇ ਵੀ ਖਾਧੇ, ਅਤੇ ਜਦੋਂ ਉਹਨਾਂ ਦੇ ਮਾਂ ਬਾਪ ਨਾਲ ਅਤੇ ਨਿਸ਼ਾਂਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹ ਬੜੇ ਭਾਵੁਕ ਹੋ ਗਏ। ਉਹਨਾਂ ਨੇ ਕਿਹਾ ਕਿ ਅੱਜ ਤਾਂ ਸਾਡੀ 12 ਸਾਲ ਬਾਅਦ ਸੁਣੀ ਗਈ ਹੈ, ਇਹ ਪਹਿਲੀ ਸਰਕਾਰ ਹੈ ਭਗਵੰਤ ਮਾਨ ਦੀ ਜਿਨ੍ਹਾਂ ਨੇ ਅਧਿਆਪਕਾਂ ਦਾ ਸੁਣਿਆ, ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕੱਚੇ ਘਰ ਵੀ ਨਹੀਂ ਰਹਿਣ ਦੇਵਾਂਗੇ ਅਤੇ ਕੱਚੇ ਅਧਿਆਪਕ ਵੀ ਨਹੀਂ ਰਹਿਣ ਦੇਵਾਂਗੇ। ਉੱਥੇ ਹੀ ਕਪੂਰਥਲਾ ਦੇ ਰਹਿਣ ਵਾਲੇ ਅਧਿਆਪਕ ਨਿਸ਼ਾਂਤ ਕੁਮਾਰ ਦੇ ਘਰ ਆਪ ਪੰਜਾਬ ਦੁਆਬਾ ਦੇ ਸਕੱਤਰ ਪਰਮਿੰਦਰ ਸਿੰਘ ਢੋਟ ਪਹੁੰਚੇ ਅਤੇ ਲੱਡੂਆਂ ਨਾਲ ਪੱਕੇ ਹੋਣ 'ਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ। ਉੱਥੇ ਹੀ ਅਧਿਆਪਕ ਨਿਸ਼ਾਂਤ ਕੁਮਾਰ, ਉਸਦੀ ਪਤਨੀ ਅਤੇ ਮਾਤਾ ਦੇ ਨਾਲ ਆਪ ਨੇਤਾ ਨੇ ਮੀਡੀਆ ਨਾਲ ਗੱਲਬਾਤ ਕੀਤੀ। ਮਾਨ ਸਾਹਿਬ ਨੇ ਜੋ ਕਿਹਾ ਉਹ ਤੋਂ ਬਾਅਦ ਕੁਛ ਕਹਿਣ ਵਾਲੀ ਗੱਲ ਰਹਿ ਹੀ ਨਹੀਂ ਗਈ। ਜਿਸ ਦਿਨ ਦੇ ਵੀ ਮਾਨ ਸਾਹਿਬ ਆਏ ਨੇ ਜੋ ਉਹਨਾਂ ਗਰੰਟੀਆਂ ਕੀਤੀਆਂ ਸੀ ਸਾਰੀਆਂ ਪੂਰੀਆਂ ਕਰ ਰਹੇ ਨੇ। ਕਈ ਗੱਲਾਂ ਦੇ ਵਿੱਚ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਇੰਨੇ ਕੰਡੇ ਬੀਜੇ ਪਏ ਸੀ ਉਹਨਾਂ ਨੂੰ ਚੁਗਣ ਨੂੰ ਟਾਈਮ ਤਾਂ ਲੱਗਣਾ ਸੀ, ਪਰ ਮੇਰਾ ਵੀਰ ਇਹ ਜਿਹੜਾ ਯੂਨੀਅਨ ਦਾ ਸਾਰਿਆਂ ਨੂੰ ਮੋਹਰੀ ਨਿਸ਼ਾਂਤ ਭਗਤ, ਕਈ ਥਾਂ ਤੁਹਾਨੂੰ ਤੁਸੀਂ ਇਹਨਾਂ ਨੂੰ ਦੇਖਿਆ, ਉਹਨਾਂ ਨੂੰ ਟੈਂਕੀਆਂ 'ਤੇ ਵੀ ਚੜ੍ਹਿਆ ਹੋਇਆ, ਨਾਅਰੇ ਲਾਉਂਦਿਆਂ, ਡਾਂਗਾਂ ਖਾਂਦਿਆਂ, ਜੇਲ੍ਹਾਂ 'ਚ ਜਾਂਦਿਆਂ ਕਈ ਥਾਂ ਦੇਖਿਆ ਉਹ। ਇਹਨਾਂ ਨੂੰ ਮਿਲਣ ਆਇਆ ਵੀ ਹਾਂਜੀ ਵੀਰ ਤੁਸੀਂ ਕਹਿੰਦੇ ਸੀ ਵੀ ਕਿਸੇ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ, ਅਤੇ ਦੱਸੋ ਹੁਣ ਕਿੱਦਾਂ। ਅਤੇ ਇਹਨਾਂ ਨੂੰ ਪੁੱਛਿਆ, ਕਹਿੰਦੇ ਮੈਂ ਖੁਸ਼ ਹਾਂ, ਮੈਨੂੰ ਆ ਦੇਖੋ ਕਹਿੰਦੇ ਨਿਯੁਕਤੀ ਪੱਤਰ ਵੀ ਸਰਕਾਰ ਨੇ ਦੇ ਤਾ, 6 ਤੋਂ ਇਹਨਾਂ ਦਾ ਨਿਯੁਕਤੀ ਪੱਤਰ ਆ, ਕਹਿੰਦੇ 6 ਤੋਂ ਸਿੱਧੀ 18,000 ਕਰ ਦਿੱਤੀ ਆ। ਅੱਗੇ ਮੇਰੇ ਕੋਲ ਕੋਈ ਮੈਨੂੰ ਕੋਈ ਛੁੱਟੀ ਨਹੀਂ ਸੀ ਮਿਲਦੀ, ਸਾਲ ਦੇ ਵਿੱਚ ਸਿਰਫ ਮੈਂ 10 ਛੁੱਟੀਆਂ ਲੈ ਸਕਦਾ ਸੀ। ਹੁਣ ਜੋ ਰੈਗੂਲਰ ਜੋ ਟੀਚਰਾਂ ਦਾ ਜੋ ਸਿਸਟਮ ਜਿਸ ਤਰ੍ਹਾਂ ਪੱਕੇ ਹੋ ਗਿਆ, ਉਹ ਸਾਰੀ ਫੈਸਿਲਿਟੀ ਇਹਨਾਂ ਨੂੰ ਮਿਲੂਗੀ। ਅਤੇ ਬਾਗੋ ਬਾਗ ਨੇ ਕਿਉਂ ਜੀ, ਬਿਲਕੁਲ ਕਿਸ ਤਰ੍ਹਾਂ ਦੀ ਕੋਈ ਕਸਰ ਵਾਲੀ ਗੱਲ ਨਹੀਂ, ਅਤੇ ਤੁਹਾਡੇ ਸਾਹਮਣੇ ਵੀ ਬਾਕੀ ਦੇਖੋ ਲੱਗਦੇ ਵਾਲੀ ਗੱਲ ਨਹੀਂ, ਇਹ ਆਊਗੀ ਆਊਗੀ, ਕਿਉਂਕਿ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਕੇਜਰੀਵਾਲ ਸਾਹਿਬ ਦੀ ਰਹਿਨੁਮਾਈ ਦੇ ਵਿੱਚ ਜਿਹੜੇ ਕੰਮ ਕਰ ਰਹੀ ਹੈ, ਉਹ ਲੋਕਾਂ ਨੂੰ ਇੰਪਾਵਰ ਕਰਨ ਲਈ, ਲੋਕਾਂ ਨੂੰ ਪੜ੍ਹਾਉਣ ਲਈ, ਲੋਕਾਂ ਦੇ ਹੈਲਥ ਸਿਸਟਮ ਨੂੰ ਇੱਕ ਬਣਾਉਣ ਲਈ, ਵਧੀਆ ਬਣਾਉਣ ਲਈ ਸਾਰਾ ਕੁਛ ਕਰ ਰਹੀ ਹੈ। ਉਹ ਦੇਖੀ ਜਾਓ ਤੁਸੀਂ, ਲੋਕ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਆ ਵੀ ਲੋਕ ਜਿਹੜੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ 'ਚ ਦਾਖਲੇ ਲੈ ਰਹੇ, ਬੱਚੇ ਅਫਸਰਾਂ ਦੇ ਵੀ, ਬਿਜ਼ਨਸਮੈਨਾਂ ਦੇ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਬਹੁਤ ਜਲਦੇ ਹੋਣ ਜਾ ਰਹੇ। ਔਰ ਮੈਂ ਇਹਨਾਂ ਵੀਰਾਂ ਤੋਂ ਵੀ ਆਸ ਕਰਦਾ ਕਿ ਜਿਨ੍ਹਾਂ ਦੀ ਇਸ ਤਰ੍ਹਾਂ ਜਿਹੜਾ ਹੈ ਮਾਨ ਸਾਹਿਬ ਨੇ ਮਾਣ ਰੱਖਿਆ, ਇਹ ਮਾਨ ਸਾਹਿਬ ਦਾ ਵੀ ਮਾਣ ਰੱਖਣਗੇ ਵੀ ਆਪਣਾ ਫਰਜ਼ ਜੋ ਬੱਚਿਆਂ ਨੂੰ ਪੜ੍ਹਾਉਣ ਦਾ, ਜੋ ਉਹਨਾਂ ਨੂੰ ਉਚੇਰੀ ਸਿੱਖਿਆ ਦੇਣ ਦਾ, ਉਹਦੇ ਵਿੱਚ ਵੀ ਕੋਈ ਕਸਰ ਨਹੀਂ ਛੱਡਣਗੇ। ਔਰ ਮੈਨੂੰ ਉਮੀਦ ਆ ਕਿ ਰਹਿੰਦੇ ਵੀ ਜਿਹੜੇ ਹੈ ਜਿਹੜੇ ਕੋਈ ਕਿਸੇ ਤਰ੍ਹਾਂ ਦੀ ਕਸਰ ਉਹ ਸਾਰੀ ਪੂਰੀ ਕੀਤੀ ਜਾਵੇ। ਪੰਜਾਬ ਦੇ 12,500
कच्चे अध्यापकों नूं पक्का करन दा कल मान सरकार ने नियुक्ति पत्र दिता है, क्योंकि उन्होंने तकरीबन सत्ता विच आने तो पहला साढ़े मोहाली धरने विच केजरीवाल जी तो उन्होंने समूह लीडरशिप साढ़े धरने च वादा करके गए थे कि जे साड़ी सरकार पंजाब दे विच सत्ता विच आंदी है कि तुहाडा सब तो पहला हरा पेन तुहाडे कच्चे अध्यापकों के उपर चलूगा। तो उन्होंने जिहड़ी गरंटी भी दित्ती सी अपने विच गरंटियां विच, पहली गरंटी कच्चे अध्यापक पक्के करन दी, ओह कल जिहड़ी आ पूरी कीती है। पहला मेरी तनखाह 6,000 रुपया सी, हुण पक्के करन तो बाद जिहड़ी मेरी तनखाह वा तकरीबन 18,000 दे करीब हो गई जी। व्हीलचेयर इदां सी कि मैं पार्ट टाइम जिहड़ा जमाटो का डिलीवरी का काम करता स्कूल टाइम तो बाद, जमाटो डिलीवरी टाइम के मेरा स्कूल टाइम तो बाद मेरे एक्सीडेंट हो गया सी, और कारण मैंने डॉक्टर ने बैड रैसट कही, पर फिर भी मैं बैड रैसट छड के मैं अपना जिहड़ा उत्थे अपना नियुक्ति पत्र लैन गया, क्योंकि मैंने परसों एक दिन पहला मैंने फोन आया सी चंडीगढ़ों कि तुसी रैगूलर हो गए हैं कि तुहाडा नियुक्ति पत्र तुहानू उत्थे लैन आना पैना, इस करके मैं खुशी का टिकाणा नहीं रहा परिवार के विच भी, तो मैंने जाना पिया उत्थे। सरकार का बिल्कुल धन्यवाद करते हैं मान सरकार का, क्योंकि उन्हें जिहड़ा अपना वादा किया पूरा किया, आस करते हैं कि जिहड़े उन्होंने उत्थे अलाने ने अपने जिहड़े उन्होंने कल वादे अलाने ने, होर भी जिहड़े काम अलाने ने सरकार दे अध्यापक अध्यापकों के लिए है ना, वह अपना जिहड़ा बहुत समय जल्द समय के अपना जिहड़ा वादा वह भी पूरा करेंगे। मेरी पंजाब की सरकार आम आदमी पार्टी सरकार अगर भगवंत मान जी मुख्यमंत्री अगर बेनती करता कि आने वाले समय के जिदा तुम पहला भी कई कानून जोड़े आ दूजी पार्टी विरुद्ध चल के लोगों के हक के लैके आए थे है ना, इस तरह एक कानून विधानसभा में लैके आता जाए कि जिदे जो भी कोई भी मुलाजम आ चाहे वह डीसी है चाहे वह SSP चाहे तहसीलदार चाहे वह टीचर है, सरकारी खजाने चो जिहड़ा मुलाजम तनखाह लैंदा आ ਉਹ ਆਪਣਾ ਬੱਚਾ ਜਿਹੜਾ ਸਰਕਾਰੀ ਸਕੂਲ 'ਚ ਪੜ੍ਹਾਵੇਗਾ। ਜੇਕਰ ਉਹ ਮੁਲਾਜ਼ਮ ਜਿਹੜਾ ਆ ਸਰਕਾਰ ਦੀ ਹੁਕਮਾਂ ਦੀ ਧੱਜੀਆਂ ਉਡਾਉਂਦਾ ਆ, ਉਸ ਅਧਿਆਪ ਜਿਹੜਾ ਮੁਲਾਜ਼ਮ ਨੂੰ ਡਿਸਮਿਸ ਕਰ ਦਿੱਤਾ ਜਾਵੇ, ਸਾਨੂੰ ਇਸ ਗੱਲ ਦਾ ਕੋਈ ਸ਼ਿਕਵਾ ਨਹੀਂ ਰਹੂਗਾ, ਕਿਉਂਕਿ ਜਿਹੜਾ ਬੰਦਾ ਸਰਕਾਰੀ ਤਨਖਾਹ ਲੈਂਦਾ ਆ ਆਪਣਾ ਉਹਦਾ ਹੱਕ ਮੰਨਦਾ ਕਿ ਪੰਜਾਬ ਦੇ ਸਰਕਾਰੀ ਸਕੂਲ ਦੇ ਵਿੱਚ ਆਪਣੇ ਬੱਚੇ ਨੂੰ ਸਿੱਖਿਆ ਦੇਵੇ। ਅਤੇ ਦੂਜੇ ਬੰਨੇ ਚਾਹੇ ਉਹ MLA ਆ ਚਾਹੇ ਉਹ MC ਆ ਚਾਹੇ ਉਹ ਮੰਤਰੀ ਆ ਚਾਹੇ ਉਹ ਮੁੱਖ ਮੰਤਰੀ, ਉਹ ਵੀ ਆਪਣੇ ਬੱਚੇ ਜਿਹੜੇ ਆ ਉਹਨਾਂ ਦੀ ਤਨਖਾਹ ਵੀ ਕਿਉਂਕਿ ਸਰਕਾਰੀ ਖਜ਼ਾਨੇ 'ਚੋਂ ਜਾਂਦੀ ਆ, ਉਹ ਵੀ ਆਪਣੇ ਬੱਚੇ ਆ ਜਿਹੜੇ ਆਪਣਾ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਉਣ, ਜੇ ਉਹ ਆਪਣੇ ਬੱਚੇ ਸਰਕਾਰੀ ਸਕੂਲ 'ਚ ਨਹੀਂ ਪੜ੍ਹਾਉਂਦੇ ਉਹ ਆਪਣਾ ਜਿਹੜਾ ਮੰਤਰੀ ਪਦ ਤੋਂ ਅਸਤੀਫਾ ਦੇ ਸਕਦੇ। ਸਰਕਾਰ ਨੂੰ ਸਾਡੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਇੱਕ ਤਾਂ ਕੱਚੇ ਮੁਲਾਜ਼ਮਾਂ ਦਾ ਸੁਣਿਆ ਉਹਨਾਂ ਨੇ, ਇੰਨੀਆਂ ਸਰਕਾਰਾਂ ਵੇਖੀਆਂ ਵਾ, ਕਦੇ ਨਹੀਂ ਇਸ ਤਰ੍ਹਾਂ ਵੇਖਿਆ ਕਿ ਇੰਨੀ ਛੇਤੀ ਕਿਤੇ ਕੰਮ ਬਣਾਇਆ ਹੋਏ ਕਿਸੇ ਨੇ, ਅਤੇ ਬਹੁਤ ਖੁਸ਼ੀ ਹੈ ਸਾਡੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਬਣਿਆ ਪਿਆ ਵਾ ਕਿ ਇੰਨੀ ਘੱਟ ਤਨਖਾਹ 'ਚ ਗੁਜ਼ਾਰਾ ਨਹੀਂ ਸੀ ਹੁੰਦਾ, ਸਾਡੇ ਘਰ ਕਲੇਸ਼ ਵਗੈਰਾ ਵੀ ਰਹਿੰਦਾ ਸੀਗਾ ਸਿਰਫ ਪੈਸਿਆਂ ਦੇ ਕਰਕੇ ਕਿ ਤਨਖਾਹਾਂ ਨਾਲ ਗੁਜ਼ਾਰਾ ਨਹੀਂ ਹੁੰਦਾ ਸੀਗਾ, ਕਈ ਵਾਰੀ ਸਕੂਲ ਤੋਂ ਆ ਕੇ ਦਿਲ ਨਹੀਂ ਕਰਦਾ ਸੀਗਾ ਫਿਰ ਕੰਮ ਕਰਨ ਨੂੰ, ਅਤੇ ਫਿਰ ਉਹੀ ਕਲੇਸ਼ ਵਗੈਰਾ ਰਹਿੰਦਾ ਸੀਗਾ। ਪਰ ਹੁਣ ਚਲੋ ਪਰਮਾਤਮਾ ਨੇ ਮਿਹਰ ਕੀਤੀ ਆ, ਹੁਣ ਤਨਖਾਹਾਂ ਹੋ ਗਈਆਂ ਵਾ, ਵੱਧ ਗਈਆਂ ਵਾ, ਅੱਗੇ ਵੀ ਵੱਧ ਜਾਣਗੀਆਂ, ਅਤੇ ਫੈਮਿਲੀ ਵੀ ਤੁਹਾਨੂੰ ਪਤਾ ਵੱਡੀ ਆ, ਖਰਚੇ ਵੀ ਬਹੁਤ ਆ, ਬੱਚਾ ਵੀ ਛੋਟਾ ਵਾ। ਕੱਚੇ ਮੁਲਾਜ਼ਮਾਂ ਦੇ ਨਾਲ ਨਾਲ ਇਹਨਾਂ ਨੇ ਜਮੈਟੋ ਦਾ ਕੰਮ ਵੀ ਕੀਤਾ, ਆਟੋ ਵੀ ਚਲਾਉਂਦੇ ਰਹੇ ਆਪਣੇ ਘਰ ਪਰਿਵਾਰ ਨੂੰ ਪਾਲਣ ਵਾਸਤੇ, ਹੁਣ ਤਾਂ ਪੱਕੇ ਹੋ ਗਏ ਆ, ਹੁਣ ਤਨਖਾਹ ਵੱਧ ਗਈ ਆ, ਹੁਣ ਕਿੱਦਾਂ ਦਾ ਮਾਹੌਲ ਕਰਦਾ? ਬਹੁਤ ਵਧੀਆ ਵਾ, ਜੇ ਨਹੀਂ ਵੀ ਕੋਈ ਐਕਸਟਰਾ ਕੰਮ ਕਰਨਗੇ ਕੋਈ ਗੱਲ ਨਹੀਂ, ਆਪਣੀ ਡਿਊਟੀ ਕਰੀ ਜਾਣ ਸਕੂਲ ਦੀ, ਕੋਈ ਪ੍ਰੋਬਲਮ ਨਹੀਂ ਹੈ। ਬਾਕੀ ਮੈਂ ਸਪੋਰਟ ਪੂਰਾ ਕਰਦੀ ਹਾਂ ਇਹਨਾਂ ਨੂੰ, ਘਰ ਦੇ ਪੂਰਾ ਸਪੋਰਟ ਕਰਦੇ ਆ, ਬ੍ਰਦਰ ਹੈਗਾ, ਪਾਪਾ ਵਾ, ਮੰਮਾ ਵਾ, ਸਾਰੇ ਬਹੁਤ ਸਪੋਰਟ ਕਰਦੇ ਆ। ਕਦੇ ਇਹਨਾਂ 'ਤੇ ਕਿਸੇ ਚੀਜ਼ ਦਾ ਪ੍ਰੈਸ਼ਰਾਈਜ਼ ਨਹੀਂ ਕੀਤਾ ਇਹਨਾਂ ਨੂੰ ਅਸੀਂ ਕਿ ਆਹ ਕੰਮ ਕਰਨਾ ਹੀ ਕਰਨਾ, ਆਹ ਖਰਚਾ ਕਰਨਾ ਹੀ ਕਰਨਾ ਵਾ, ਅਤੇ ਜਿੰਨਾ ਕੁ ਕਰਦੇ ਆ ਸਾਡੇ ਲਈ ਬਹੁਤ ਹੁੰਦਾ ਸੀ। ਪਰ ਚਲੋ ਹੁਣ ਆਪਣੀ ਤਨਖਾਹਾਂ ਵੱਧ ਗਈਆਂ ਵਾ, ਜੇ ਐਕਸਟਰਾ ਕੰਮ ਕਰਨਗੇ ਠੀਕ ਹੈ, ਨਹੀਂ ਤਾਂ ਕੋਈ ਗੱਲ ਨਹੀਂ। ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੀਦਾ? ਬਸ ਥੈਂਕ ਯੂ ਕਹਿਣਾ ਚਾਹਾਂਗੀ ਕਿ ਸਾਡੇ ਗਰੀਬਾਂ ਦੀ ਸੁਣੀ ਉਹਨਾਂ ਨੇ, ਕਿਤੇ ਵੈਸੇ ਤਾਂ ਹੋਣਾ ਤਾਂ ਇਹੀ ਚਾਹੀਦਾ ਵਾ ਕਿ ਹਰ ਘਰ ਦੇ ਵਿੱਚ ਇੱਕ ਜਿਹੜਾ ਵਿਅਕਤੀ ਆ ਉਹ ਪੱਕਾ ਹੋਣਾ ਚਾਹੀਦਾ ਵਾ, ਜਿਹਦੀ ਤਨਖਾਹ ਇੰਨੀ ਕੁ ਹੋਏ ਕਿ ਸਾਰੇ ਘਰ ਦਾ ਖਰਚਾ ਚਲਾ ਸਕੇ। ਧੰਨਵਾਦ। ਵਧੀਆ ਮਹਿਸੂਸ ਹੋਇਆ ਜੀ, ਬਹੁਤ ਖੁਸ਼ੀ ਦੀ ਗੱਲ ਹੋਈ ਹੈ ਕਿ ਲੜਕੇ ਨੂੰ ਨਿਯੁਕਤੀ ਪੱਤਰ ਮਿਲਿਆ, ਪੱਕਾ ਹੋਇਆ, ਅਤੇ ਹੁਣ ਉਸਦੀ ਰੋਟੀ ਦਾ ਆਸਰਾ ਬਣ ਗਿਆ ਵਾ। ਉਮੀਦ ਹੈਗੀ ਵੀ ਸੀਗੀ, ਚਲੋ ਪਰਮਾਤਮਾ ਇੱਕ ਦਿਨ ਤਾਂ ਕਰੂਗਾ ਹੀ, ਪਰਮਾਤਮਾ 'ਤੇ ਆਸ ਸੀਗੀ ਪਰਮਾਤਮਾ ਇੱਕ ਦਿਨ ਕਰੂਗਾ, ਸਾਡੀ ਫਰਿਆਦ ਸੁਣੂਗਾ, ਉਹ ਪਰਮਾਤਮਾ ਨੇ ਫਰਿਆਦ ਸੁਣ ਲਈ।
ਦੁੱਖ ਤਾਂ ਬਹੁਤ ਲੱਗਦਾ ਸੀ ਜਦੋਂ ਮਾਰ ਖਾ ਕੇ ਆਉਂਦਾ ਸੀਗਾ, ਜਦੋਂ ਅਖਬਾਰਾਂ 'ਚ ਪੜ੍ਹਦੀ ਸੀ, ਇਹ ਦੋ ਦੋ ਮਹੀਨੇ ਘਰ ਨਹੀਂ ਸੀ ਆਉਂਦਾ, ਕਿਸੇ ਕੋਲੋਂ ਸੁਣਦੀ ਸੀ, ਪੜ੍ਹਦੀ ਸੀ, ਸਕੂਲੇ ਜਾਂਦੀ ਸੀ, ਉੱਥੇ ਰੋਜ਼ ਨਿੱਤ ਅਖਬਾਰਾਂ ਆਉਂਦੀਆਂ ਸੀ, ਛਾਂਤ ਨੇ ਅੱਧਾ ਤੇਲ ਪਾਇਆ, ਕਦੀ ਛਾਲ ਮਾਰੀ ਗਈ, ਡੰਡੇ ਵਰਸੇ ਉਹਦੇ 'ਤੇ, ਬੁਰਛਾਰ ਆਈਆਂ, ਅਤੇ ਮੈਂ ਉੱਥੇ ਵੀ ਰੋਵਣ ਦੀ ਦੁੱਖ ਪੁਲਿਸ ਡੰਡੇ ਮਾਰਦੀ ਰਹੀ, ਡਾਂਗਾ ਮਾਰਦੀ, ਚੁੱਕ ਕੇ ਗੱਡੀ 'ਚ ਪਾ ਕੇ ਜੇਲ੍ਹੇ ਲੈ ਜਾਣਾ, ਫਿਰ ਇਹਨਾਂ ਦੀ ਜ਼ਮਾਨਤ ਕਰਾਉਣੀ, ਫਿਰ ਕੀ ਸੋਚਦੇ, ਫਿਰ ਕਿੱਦਾਂ ਦਾ ਮਾਹੌਲ ਆ, ਅਸੀਂ ਕਿੱਦਾਂ ਦੇ ਇੱਥੇ ਏਰੀਏ 'ਚ ਰਹਿੰਦੇ ਹਾਂ ਵੀ ਸਾਨੂੰ ਆਪਣੀ ਇੱਕ ਨੌਕਰੀ ਲੈਣ ਵਾਸਤੇ ਸਾਨੂੰ ਡਾਂਗਾ ਖਾਣੀ ਚਾਹੀਦੀ ਹੈ? ਲੱਗਦਾ ਤਾਂ ਸੀਗਾ ਮੁਸ਼ਕਿਲ ਉਦੋਂ, ਪਰ ਫਿਰ ਵੀ ਕਿਹਾ ਚਲੋ ਕਰ ਲਵੇ, ਕਹਿੰਦਾ ਸੀ ਮੈਂ ਕਰਨਾ ਵਾ, ਸੰਘਰਸ਼ ਕਰਨਾ ਵਾ, ਅਤੇ ਮੈਂ ਆਪੇ ਕਾਮਯਾਬੀ ਮਿਲੂਗੀ, ਤੁਹਾਨੂੰ ਨਹੀਂ ਪਤਾ, ਇਸ ਕਰਕੇ ਫਿਰ ਥੋੜ੍ਹਾ ਦਿਲ 'ਤੇ ਪੱਥਰ ਰੱਖਣਾ ਵੀ ਪਿਆ। ਚਲੋ ਧੰਨਵਾਦ।